होले महले मौके कपूरथला तो श्री आनंदपुर साहिब गए दो नौजवान दरिया विच डुब गए, जिन्हां विचों एक नौजवान की लाश गोताखोरा वालों बरामद कर ली गई है जबकि दूजे नौजवान की भाल जारी है। ये दोवें नौजवान पिंड इब्बन जिला कपूरथला तो होला महला श्री आनंदपुर साहिब गए सन। देर रात दोवें नौजवान बाथरूम जाने तो बाद दरिया वाली साइड हाथ धोन लगे तो अचानक सिमरन सिंह का पैर फिसल गया और वह दरिया विच डुब गया। इस दौरान उसे बचाने लिए गया उसका साथी बीर सिंह उसके नाल ही डुब गया। गोताखोरों की मदद नाल सिमरन की लाश को काढ़ लिया गया है जबकि बीर सिंह की भाल जारी है। जो कल सवेरे आनंदपुर साहब दर्शन दीदारे करने लिए रवाना होया सी उत्थे रात के समय पैर फिसलन का करके नहर में डिगण का करके तो उन्हां दी मौत हो गई आ। सो उहदे नाल एक होर साथी बनपिंड तो सी उहदा उहदी भी मौत हो चुकी आ। ते जिहड़ा मेरे भतीजे की डेड बॉडी तो मिल चुकी आ, पर साडी प्रशासन नूं ते सरकार नूं बेनती आ कि जल्दी तो जल्दी जिहड़ी आ डेड बॉडी बाहर कढ के मापिआं दे हवाले की जाए। तो बड़ा दुख की गल आ क्योंकि चार साल 12 तरीक नूं होणे आ जिहड़े साडे भाजी सीगे आलम सिंह जी उन्हां दी भी मौत होई सी ते चार साल दे बाद पापा जी जिहड़े इहनां दे पापा जी ते चार साल बाद अजे 12 तरीक नूं होणे आ चार साल। तो ये परिवार ते बहुत वड्डा ਜਿਹੜਾ ਦੁੱਖਾਂ ਦਾ ਪਹਾੜ ਡਿੱਗਿਆ ਵਾ। ਇਹ ਕਪੂਰਥਲੇ ਦੇ ਵਿੱਚ ਕਿਹੜਾ ਮਹੱਲਾ ਜੀ? ਕੈਂਪੂਰਾ। ਇਹ ਕੈਂਪੂਰਾ ਮਹੱਲਾ ਜੀ। ਠੀਕ ਹੈ ਜੀ। ਤੇ ਮੇਨ ਸਬਜ਼ੀ ਮੰਡੀ ਲੱਗਦੀ ਹੈ। ਨਾਮ ਕੀ ਆਪਣਾ ਜੀ? ਮੇਰਾ ਨਾਮ ਹਰਜਿੰਦਰ ਸਿੰਘ ਆ। ਜਿਸ ਤਰ੍ਹਾਂ ਆਨੰਦਪੁਰ ਸਾਹਿਬ ਦਰਸ਼ਨ ਕਰਨ ਗਏ ਵਾਪਸ ਨਹੀਂ ਆਏ, ਉਹਨਾਂ ਦੀ ਮਾਂ ਦਾ ਜਿਹੜਾ ਬੜਾ ਬੁਰਾ ਹਾਲ ਆ। ਦੇਖੋ ਸਾਰੇ ਪਰਿਵਾਰ ਦਾ, ਉਹਦੇ ਮਾਤਾ ਦਾ, ਉਹਦੇ ਦਾਦੀ ਜੀ ਦਾ, ਉਹਦੇ ਤਾਇਆ ਜੀ ਦਾ, ਛੋਟਾ ਬ੍ਰਦਰ ਆ ਉਹਨਾਂ ਦਾ 17 ਸਾਲ ਦਾ, ਤੇ ਸਾਰੇ ਜਿੰਨੇ ਭੈਣ ਭਰਾ ਵਾ ਜਿੰਨਾ ਜਿੰਨਾ ਉਹਨਾਂ ਨੂੰ ਪਿਆਰ ਆ, ਜਿਹਨਾਂ ਜਿਹਨਾਂ ਨੇ ਦੇਖਿਆ, ਸਭ ਨੂੰ ਦੁੱਖ ਆ, ਸਾਰੇ ਇੱਥੇ ਪਹੁੰਚੇ ਆ ਇਸ ਦੁੱਖ ਦੀ ਘੜੀ। ਜਿਸ ਤਰ੍ਹਾਂ ਫੋਟੋ ਤੋਂ ਸਿੱਖੀ ਸਰੂਪ ਦੇ ਵਿੱਚ ਹੈ, ਸ਼ਰਾਰਤੀ ਵੀ ਨਹੀਂ ਲੱਗਦਾ, ਬਹੁਤ ਸਿਨਸੀਅਰ ਲੱਗਦਾ। ਨਹੀਂ ਬਿਲਕੁਲ ਨਹੀਂ ਜੀ, ਬਿਲਕੁਲ। ਕੀ ਲੱਗਦੀ ਘਟਨਾ ਕਿਸ ਤਰ੍ਹਾਂ ਵਾਪਰੀ? ਗੁਰਬਾਣੀ ਪੜਨ ਵਾਲਾ ਜਦੋਂ ਇਹਦੇ ਪਾਪਾ ਦੀ ਡੈਥ ਹੋਈ ਆ, ਆਮ ਸਾਰੇ ਰੋ ਰਹੇ ਸੀ ਤੇ ਇਹ ਉਸ ਟਾਈਮ ਵੀ ਗੁਰਬਾਣੀ ਦਾ ਜਾਪ ਹੀ ਕਰਦਾ ਸੀ ਤੇ ਕੋਈ ਸ਼ਰਾਰਤੀ ਨਹੀਂ ਸੀਗਾ, ਬਹੁਤ ਹੀ ਸਿਨਸੀਅਰ ਬੱਚਾ ਸੀਗਾ। ਤਿੰਨ ਭੈਣ ਭਰਾ ਸੀ ਤੁਹਾਡੇ? ਇਹ ਦੋਨੇ ਦੋ ਭਰਾ ਵਾ। ਦੂਜਾ ਛੋਟਾ ਜੀ? ਦੂਸਰਾ ਛੋਟਾ 17 ਸਾਲ ਦਾ। ਉਸ 17 ਸਾਲ ਦਾ ਇਹ ਕਿੰਨੇ ਸਾਲ ਦਾ ਸੀ? ਇਹਦੀ 21-22 ਸਾਲ ਦੇ ਲਗਭਗ ਇੱਥੇ ਕੀ ਇਹਦੀ ਏਜ ਹੈਗੀ ਆ। ਕੀ ਆਵਾਂਗੇ? ਮੈਂ ਕਿਹਾ ਠੀਕ ਹੈ ਜੀ। ਬਸ ਹੋਲੇ ਮਹੱਲੇ ਤੇ ਜਾਣ ਲੱਗੇ। ਕਿਦਨ ਗਏ ਹੋਲੇ ਮਹੱਲੇ ਤੇ? 7 ਤਰੀਕ ਨੂੰ ਗਏ, 6 ਤਰੀਕ ਨੂੰ ਸ਼ਾਮ ਨੂੰ ਜਦਾਂ ਗੁਰਦੁਆਰਾ ਸਾਹਿਬ ਰੋਜ਼ ਹੀ ਆਉਂਦੇ ਸ਼ਾਮ ਨੂੰ, ਗੁਰਦੁਆਰਾ ਸਾਹਿਬ ਕਹਿ ਕੇ ਗਿਆ ਸੀ ਮੈਨੂੰ। ਹਾਂਜੀ, ਤੇ ਗੁਰਦੁਆਰਾ ਸਾਹਿਬ ਤੁਹਾਡੀ ਰੋਲ ਹੀ ਲਾ ਲੈਂਦੇ ਸੀ? ਹਾਂਜੀ ਹਾਂਜੀ, ਜਦੋਂ ਮੈਂ ਕਿਤੇ ਵੀ ਜਾਣਾ ਹੁੰਦਾ ਸੀਗਾ ਉਹਨੂੰ ਨੈਤਨੇਮ ਦਾ ਕਹਿ ਜਾਈਦਾ ਸੀਗਾ, ਤੂੰ ਫਿਰ ਕਰ ਜਾਂਦਾ ਸੀ ਜੀ। ਜਿਸ ਤਰ੍ਹਾਂ ਜਿਹੜੇ ਗੱਤਕਾ ਸਿਖਾਉਣ ਜਾਂਦੇ ਸੀਗੇ ਨੇੜੇ ਕਲਾਸਾਂ ਲਾਉਂਦੇ ਸੀ, ਉੱਥੇ ਬੱਚਿਆਂ ਨੂੰ ਮਤਲਬ ਫ੍ਰੀ ਗੱਤਕਾ ਸਿਖਾਉਂਦੇ? ਹਾਂਜੀ ਹਾਂਜੀ, ਫ੍ਰੀ ਨਿਸ਼ਕਾਮ ਸੇਵਾ ਕਰਦੇ ਸੀ। ਨਿਸ਼ਕਾਮ ਸੇਵਾ? ਹਾਂਜੀ। ਕੋਈ ਪੈਸਾ ਨਹੀਂ? ਕੋਈ ਪੈਸਾ ਨਹੀਂ ਸੀ। ਵੈਸੇ ਪਿੰਡ ਵੱਲੋਂ ਬਸ ਸੇਵਾ? ਹਾਂਜੀ, ਪਿੰਡ ਵੱਲੋਂ ਬਸ ਵੈਸੇ ਸੇਵਾ ਕਰਨੀ? ਹਾਂਜੀ ਹਾਂਜੀ, ਵੈਸੇ ਵੈਸੇ ਜੀ। ਕਿੰਨੇ ਕੁ ਬੱਚੇ ਉਹਨਾਂ ਦੇ ਕੋਲ ਗੱਤਕਾ ਸਿੱਖਦੇ ਸੀ? ਇੰਨਾ ਤਾਂ ਨਹੀਂ ਜੀ ਮੈਨੂੰ ਪਤਾ, ਇੱਦਾਂ ਰੋਜ਼ ਹੀ ਜਾਂਦੇ ਸੀਗੇ, ਨਿਹਾਲ ਸਿੰਘ, ਸਿਮਰਨ ਸਿੰਘ, ਗੁਰਪ੍ਰੀਤ ਸਿੰਘ, ਇਹ ਤਿੰਨ ਚਾਰ ਜਣੇ ਸਿੰਘ ਜਾਂਦੇ ਸੀਗੇ ਗੱਤਕਾ ਸਿਖਾਉਣ। ਹਾਂਜੀ, ਲਾਸਟ ਟਾਈਮ ਜਿਹੜੀ ਇਹ ਗੱਲ ਹੋਈ ਤੁਹਾਡੀ? ਹਾਂਜੀ ਬਸ।